ਓ ਯਾਰ ਬਾਹਰ ਕਣੀਆਂ ਪਈਆਂ ਦੀਆਂ ਮੇਰੀ ਛਤਰੀ ਕਿੱਥੇ ਰਹਿ ਗਈ ਹੁਣ ਮੈਂ ਬੇਬੇ ਨੂੰ ਫੋਨ ਕਰਕੇ ਪੁੱਛਦੀ ਆ ਮੈਂ ਜ਼ਰਾ ਹੈਲੋ ਹਾਂ ਬੇਬੇ ਯਾਰ ਮੇਰੀ ਛਤਰੀ ਵੇਖੀ ਤੁਸੀਂ ਓ ਯਾਰ ਮੈਨੂੰ ਨਹੀਂ ਲੱਭਦੀ ਪਈ ਦੱਸ ਦੋ ਮੈਂ ਜਾਣਾ ਆ ਚੰਗਾ ਠੀਕ ਆ ਓਕੇ ਤਾਇਆ ਜੀ ਹੈਲੋ ਹਾਂਜੀ ਤਾਇਆ ਜੀ ਮੇਰੀ ਛਤਰੀ ਵੇਖੀ ਤੁਸੀਂ ਉਹ ਨਹੀਂ ਯਾਰ ਬੇਬੇ ਕੋ ਵੀ ਨਹੀਂ ਹੈਗੀ ਯਾਰ ਤੁਸੀਂ ਇੱਕ ਛਤਰੀ ਨਹੀਂ ਰੱਖ ਸਕਦੇ ਉਹ ਮੈਂ ਤਾਂ ਚੰਗਾ ਠੀਕ ਆ ਓਕੇ ਯਾਰ ਹੁਣ ਛਿੰਦੋ ਨੂੰ ਪੁੱਛਦੀ ਹਾਂ ਹੈਲੋ ਹਾਂ ਛਿੰਦੋ ਯਾਰ ਮੇਰੀ ਛਤਰੀ ਵੇਖੀ ਤੂੰ ਤੇਰੇ ਕੋ ਤਾਂ ਤੇਰੀ ਸੰਭਾਲ ਨਹੀਂ ਜਾਣੀ ਮੇਰੀ ਚੱਲ ਚੰਗਾ ਠੀਕ ਆ ਯਾਰ ਰੱਜੋ ਹੈਲੋ ਰੱਜੋ ਹੁਣ ਤੂੰ ਤਾਂ ਯਾਰ ਛਤਰੀ ਵੇਖੀ ਮੇਰੀ ਤੂੰ ਤਾਂ ਦੱਸ ਦੇ ਯਾਰ ਹੱਦ ਆ ਤੁਹਾਡੀ ਚੰਗਾ ਠੀਕ ਆ ਓਕੇ ਬਾਏ ਯਾਰ ਲੈ ਦੱਸ ਹੁਣ ਮੈਂ ਕੀ ਕਰਾਂ ਮੇਰੀ ਛਤਰੀ ਤਾਂ ਕਿਤੇ ਵੀ ਨਹੀਂ ਹੈਗੀ ਹੁਣ ਮੈਂ ਬਾਹਰ ਜਾਣਾ ਆ ਦੱਸ ਇੱਕ ਤਾਂ ਉੱਤੋਂ ਇੰਨਾ ਮੀਂਹ ਪਈ ਜਾਂਦਾ ਆ ਉੱਤੋਂ ਗੋਡੇ ਗੋਡੇ ਉਹਦੀ ਗਲੀ 'ਚ ਗਾਰਾ ਅਤੇ ਹੁਣ ਉੱਤੋਂ ਰਾਤ ਨੂੰ ਫੋਨ ਵੀ ਬੰਦ ਕਰਕੇ ਸੋ ਜਾਂਦਾ ਹੁਣ ਮੈਂ ਕਰਾਂ ਤਾਂ ਕੀ ਕਰਾਂ ਯਾਰ ਛਤਰੀ ਤਾਂ ਚਾਹੀਦੀ ਚਾਹੀਦੀ ਆ ਓਏ ਹੋਏ ਹੁਣ ਮੈਂ ਕੀ ਕਰਾਂ ਏ ਸ਼ੌਂਕਣੇ ਯਾਰ ਖੜ ਜੋ ਮੈਨੂੰ ਆਪਣੀ ਪਸੰਦ ਪਈ ਤੇਰੀ ਛਤਰੀ ਲੈ ਕੇ ਆਇਆ ਦੇਖ ਤਾਂ ਸਹੀ ਆ ਤੇਰੇ ਵਾਲੀ ਆ ਹਾਂਜੀ ਇਹੀ ਹੋਈ ਆ ਗਿਆ ਮੈਂ ਤੁਸੀਂ ਕਿੱਦਾਂ ਇਦਾਂ ਹੀ ਆ ਫਿਰ ਸਾਡਾ ਹਿਸਾਬ ਤਾਂ ਇਦਾਂ ਦਾ ਹੀ ਹੁੰਦਾ ਲੈ ਫਿਰ ਖੋਲ ਕੇ ਵੀ ਦਿਖਾਲ ਦੇਣਾ ਦੇਖ ਲੈ ਤੇਰੇ ਵਾਂਗ ਖੁੱਲਦੀ ਤੇਰੇ ਵਾਲੀ ਵਾਂਗੂ ਆ ਮੇਰੀ ਵਾਲੀ ਵਾਂਗ ਕੋਈ ਖੁੱਲਦੀ ਲੈ ਕੇ ਵੀ ਦੇਖ ਲੈ ਹੁਣ ਹਾਂ ਪਰ ਮੈਂ ਤਾਂ ਤੁਹਾਨੂੰ ਮਿਲਣ ਆ ਰਹੀ ਸੀ ਤੁਸੀਂ ਸੱਚੀ ਮੇਰੇ ਸੁਪਨੇ ਚ ਆ ਗਏ ਹੋ ਵੀ ਛਤਰੀ ਲੈ ਕੇ ਮੈਂ ਕੋਈ ਨਾ ਕੋਈ ਚੀਜ਼ ਤਾਂ ਤੇਰੀ ਕੋਲ ਸਾਂਭ ਕੇ ਰੱਖਣੀ ਹੁੰਦੀ ਹੈ ਫਿਰ ਆਏ ਹਾਏ ਉਹ ਵੀ ਲੋੜੀ ਤੇ ਕਿਆ ਬਾਤ ਹੈ ਅੱਛਾ ਉਹ ਸਭ ਤੇ ਠੀਕ ਆ ਛਤਰੀ ਤਾਂ ਮੈਂ ਲੱਭਦੀ ਸੀ ਤਾਂ ਕਿ ਤੁਸੀਂ ਆਪਣੇ ਤੇ ਬੈਠੇ ਹੋਏ ਪਹਿਲਾਂ ਤੇ ਇਹ ਕੀ ਹੈ ਕਿਉਂਕਿ ਅਸੀਂ ਗਾਣੇ ਛਤਰੀਆਂ ਵਾਲੇ ਕੋਨੇ ਸਾਨੂੰ ਸਮਾਨ ਸਾਰਾ ਰੱਖਣਾ ਪੈਂਦਾ ਕੋਲ ਆਪਣੇ ਓਏ ਹੋਏ ਹੋਏ ਨਹੀਂ ਮਾੜੀ ਜੀ ਮੇਰੇ ਤੇ ਵੀ ਕਰ ਦੋ ਫਿਰ ਗੀਤ ਹੋ ਜਾਣਾ ਵੀ ਗੀਤ ਤਾਂ ਕਰਾਂਗੇ ਜੀ ਤੁਸੀਂ ਹੁਕਮ ਕਰੋ ਸਾਰਾ ਦਿਨ ਅੱਡੇ ਬੈਠੇ ਰਹਿੰਦੇ ਆ ਕੋਈ ਚੱਕਰ ਨਹੀਂ ਤਾਂ ਛਤਰੀ ਸੁਨੱਖਿਆ ਯਾਰਾ ਪੈਰੀ ਝਾਂਜਰਾਂ ਗਲੀ ਦੇ ਵਿੱਚ ਗਾਰਾ ਮੈਨੂੰ ਅੱਡੇ ਤੇ ਪੁਚਾ ਦੇ ਬਾਹੋਂ ਫੜ ਕੇ ਮੀਂਹ ਪੈਂਦਾ ਏ ਸੌਣ ਦਾ ਪਾਰਾ ਤਾਣ ਛਤਰੀ ਸੁਨੱਖਿਆ ਯਾਰਾ ਵੇ ਓਏ ਹੋਏ ਹੋਏ ਕਿਆ ਬਾਤ ਹੈ ਦੇਖੋ ਬੰਦ ਕਰ ਲਈ ਹੁਣ ਬੰਦ ਕਰ ਲਓ ਓਏ ਹੋਏ ਹੋਏ ਆਹ ਲਓ ਦੇਖੋ ਲੋਹੜੀ ਦੇ ਸਪੈਸ਼ਲ ਮੌਕੇ ਤੇ ਆਏ ਆ ਮੂੰਗਫਲੀ ਤਾਂ ਬੰਦੀ ਆਵੇ ਸ਼ੌਂਕਾਂ ਕਰਦੇ ਆ ਮੂੰਗਫਲੀ ਭੰਨਦਾ ਮੈਂ ਆ ਖਾਇਓ ਤੁਸੀਂ ਠੀਕ ਹੈ ਫਿਰ ਤਾਂ ਹੀ ਪਤਾ ਲੱਗੂ ਵੀ ਤੁਸੀਂ ਮਿਲਣ ਆਉਂਦੇ ਸੀ ਮੈਨੂੰ ਹੈ ਪਤਾ ਤਾਂ ਲੱਗੇ ਸੋ ਹਾਂਜੀ ਅੱਛਾ ਫਿਰ ਹਾਂ ਹਾਂ ਤੁਸੀਂ ਖਾਓ ਮੈਂ ਤੁਹਾਨੂੰ ਵੀ ਫਿਰ ਕੁਝ ਪੁੱਛਣਾ ਆ ਜ਼ਰੂਰੀ ਚੀਜ਼ ਕੀ ਪੁੱਛਣਾ ਪੁੱਛੋ ਹਨਾ ਚਲ ਤੁਸੀਂ ਮੂੰਗਫਲੀ ਮੈਂ ਪੁੱਛੀ ਜਾਨੂੰ ਹਾਂ ਹਾਂ ਮੈਂ ਤੁਹਾਨੂੰ ਪੁੱਛਦੀ ਆ ਅੱਛਾ ਫਿਰ ਐਦਕੀ ਕਿੰਨੀਆਂ ਵੋਟਾਂ ਪਈਆਂ ਪਹਿਲਾਂ ਤੁਹਾਨੂੰ ਐਮਸੀ ਦੇ ਇਲੈਕਸ਼ਨ 'ਚ ਵੋਟਾਂ ਹਾਂਜੀ ਯਾਰ ਮੈਂ ਗਾਉਣ ਵਾਲਾ ਮੈਂ ਕੋਈ ਹੈਗਾ ਹੈ ਮੰਤਰੀ ਨਹੀਂ ਯਾਰ ਤੁਸੀਂ ਦੇਖੋ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਆ ਸਮਾਜਿਕ ਮੁੱਦਿਆਂ ਨੂੰ ਚੁੱਕਦੇ ਆ ਤੇ ਫਿਰ ਹੁਣ ਵੋਟਾਂ ਤੇ ਤੁਹਾਨੂੰ ਪਈਆਂ ਹੀ ਹੋਣੀਆਂ ਨੇ ਬਹੁਤ ਕਮਲੀਆਂ ਸ਼ੌਂਕਣੇ ਤੋਂ ਯਾਰ ਮੈਂ ਚੰਗਾ ਭਲਾ ਗਾਉਣ ਵਾਲਾ ਤੂੰ ਮੈਨੂੰ ਐਮਸੀ ਦੀਆਂ ਵੋਟਾਂ ਦੇ ਵਿੱਚ ਪਿੱਛੇ ਪਾਈ ਫਿਰਦੀ ਆ ਯਾਰ ਤੁਸੀਂ ਦੇਖੋ ਹਰ ਗੀਤ 'ਚ ਮੈਨੂੰ ਤਾਂ ਲੱਗਦਾ ਤਾਂ ਤੁਸੀਂ ਸਮਾਜਿਕ ਮੁੱਦਿਆਂ ਨੂੰ ਚੁੱਕਦੇ ਆ ਹਨਾ ਹਨਾ ਗਲੀ ਦੇ ਵਿੱਚ ਐਡਾ ਇੰਨਾ ਗਾਰਾ ਟੁੱਟੀਆਂ ਗਲੀਆਂ ਵਿਚਾਰੀ ਦਾ ਚਿੱਟਾ ਸੂਟ ਵੀ ਗੰਦਾ ਹੋ ਗਿਆ ਫਿਰ ਇੰਨੀ ਉੱਚੀ ਜਿਹੀ ਤਾਂ ਤੁਸੀਂ ਕਹੀ ਜਾਂਦੇ ਸੀਗੇ ਗਲੀ ਤੇਰੀ ਵਿੱਚ ਗਾਰਾ ਕਣੀਆਂ 'ਚ ਮੈਂ ਭਿੱਜ ਗਈ ਤੇ ਫਿਰ ਸਮਾਜਿਕ ਮੁੱਦੇ ਨੂੰ ਚੁੱਕਦੇ ਨਾ ਫਿਰ ਤੁਹਾਡਾ ਜਿੰਨਾ ਤੇ ਤਾਂ ਤੁਹਾਡੇ ਹਿਸਾਬ ਨਾਲ ਸਮਾਜਿਕ ਹੀ ਹੈ ਪਰ ਇਹ ਗਾਣਾ ਸੀ ਸਿਰਫ ਕੋਈ ਇਹਨੇ ਥੋੜੀ ਵੀ ਐਮਸੀ ਬਣ ਜਾਣਾ ਮੈਂ ਓ ਅੱਛਾ ਹਾਂ ਗਾਣੇ ਨੂੰ ਗਾਣੇ ਤੱਕ ਰੱਖੋ ਕਿਉਂਕਿ ਇੱਕ ਥੌਟ ਸੀ ਹਾਂ ਵੀ ਗਲੀ 'ਚ ਗਾਰਾ ਹੋਊਗਾ ਜੇ ਹੋਇਆ ਤਾਂ ਠੀਕ ਹੈ ਵੀ ਸੂਟ ਗਿੱਲਾ ਖਰਾਬ ਹੋ ਗਿਆ ਹੋਊਗਾ ਜਸਟ ਥੌਟ ਸੀ ਹੋਰ ਇਹ ਕੋਈ ਵੋਟਾਂ ਵੋਟਾਂ ਵਾਲਾ ਚੱਕਰ ਕੋਈ ਨਹੀਂ ਸੀ ਅੱਛਾ ਇਹ ਗੱਲਬਾਤ ਸੀ ਇਹ ਗੱਲ ਅਸਲੀ ਗੱਲ ਇੱਥੇ ਸੀ ਅੱਛਾ ਤੇ ਗਾਣਾ ਤੁਸੀਂ ਸੋਚਿਆ ਕਿੱਦਾਂ ਸੀਗਾ ਸੋਚਿਆ ਦੇਖੋ ਪਿੰਡਾਂ ਵਿੱਚ ਜਦੋਂ ਜਾਂਦੇ ਆ ਅਕਸਰ ਵੈਸੇ ਮਾਹੌਲ ਤਾਂ ਇਦਾਂ ਦਾ ਹੀ ਹੁੰਦਾ ਪੁਰਾਣੇ ਪਿੰਡਾਂ 'ਚ ਕੱਚੇ ਕੁੱਚੇ ਹੁੰਦੇ ਨੇ ਤੇ ਗਲੀਆਂ 'ਚ ਗਾਰਾ ਹੋਇਆ ਹੁੰਦਾ ਜੇ ਕੋਈ ਨੰਗਿਆ ਜਾਂਦਾ ਵਿਚਾਰੇ ਦੇ ਕੱਪੜੇ ਜੇ ਵਾਈਟ ਕਲਰ ਦੇ ਪਾਏ ਤਾਂ ਖਰਾਬ ਹੋ ਜਾਂਦੇ ਆ ਤੇ ਉੱਥੋਂ ਆਪਾਂ ਆਈਡੀਆ ਚੱਕ ਲਿਆ ਤੁਹਾਨੂੰ ਪਤਾ ਤੁਹਾਡਾ ਗੀਤ ਕਿੰਨਾ ਫੇਮਸ ਅੱਜ ਤੱਕ ਵੀ ਇੰਨਾ ਫੇਮਸ ਔਰ ਕਿਸੇ ਨੂੰ ਕਹਿ ਦੋ ਨਾ ਕਣੀਆਂ ਅੱਛਾ ਉਹ ਗੀਤਾ ਜੈਲਦਾਰ ਜੀ ਹੋਰਾਂ ਦਾ ਗੀਤ ਕਣੀਆਂ ਉਹ ਵਾਲਾ ਅੱਛਾ ਦੇਖੋ ਜੀ ਤੁਸੀਂ ਕਿੰਨਾ ਨੱਚੇ ਹੋ ਮੈਂ ਤਾਂ ਬਹੁਤ ਨੱਚੀ ਨਾਲ ਤੁਸੀਂ ਕਹਿੰਦੇ ਭੁੰਡੀ ਭਾਂਡੀ ਤੇ ਵੀ ਚੱਲਦਾ ਸੁਣਿਆ ਤੁਸੀਂ ਉਹ ਹਾਂ ਮੈਂ ਸੁਣਿਆ ਯਾਰ ਜਿੱਥੇ ਭੁੰਡੀ ਭਾਂਡੀ ਤੇ ਚੱਲ ਜਾਓ ਟੈਂਪੂਆ 'ਚ ਇਹੀ ਗੀਤ ਹੁੰਦਾ ਆ ਲੱਗਿਆ ਹੋਇਆ ਤੇ ਹੁਣ ਇਹ ਭਲੇ ਡੀਜਿਆਂ ਲਈ ਗਾਣਾ ਬਣਾਇਆ ਕਹਿੰਦੇ ਭੁੰਡੀ ਤੇ ਚੱਲਦਾ ਸੁਣਿਆ ਮੈਂ ਤਾਂ ਦੇਖੋ ਹਰ ਕਿਸੇ ਲਈ ਇਹ ਗੀਤ ਕਿੰਨਾ ਮਤਲਬ ਹਰ ਲਈ ਪਿਆਰਾ ਹੈ ਨਾ ਬਿਲਕੁਲ ਤੁਸੀਂ ਰਾਈਟ ਹੋ ਬਹੁਤ ਪਿਆਰ ਦਿੱਤਾ ਲੋਕਾਂ ਨੇ ਚਿੱਟੇ ਸੂਟ ਤੇ ਦਾਗ ਪੈ ਗਏ ਨੂੰ ਤੇ ਅਸੀਂ ਅੱਜ ਤੱਕ ਉਹਦਾ ਦੁਬਾਰਾ ਚਿੱਟਾ ਸੂਟ 2 ਨਹੀਂ ਬਣਾ ਸਕੀ ਕਿਉਂਕਿ ਇੰਨਾ ਬੜਾ ਜ਼ਿਆਦਾ ਹਿੱਟ ਪਹਿਲਾਂ ਕਣੀਆਂ ਸੁਣਾ ਦਿਓ ਯਾਰ ਕਣੀਆਂ ਤੋਂ ਚਿੱਟੇ ਸੂਟ ਤੇ ਦਾਗ ਪੈ ਗਏ ਚਿੱਟੇ ਸੂਟ ਤੇ ਦਾਗ ਪੈ ਗਏ ਗਲੀ ਮੇਰੀ ਵਿੱਚ ਗਾਰਾ ਵੇ ਕਣੀਆਂ 'ਚ ਮੈਂ ਭਿੱਜ ਗਈ ਹੁਣ ਕਹੋ ਕਹੋ ਕਣੀਆਂ 'ਚ ਮੈਂ ਭਿੱਜ ਗਈ ਤੈਨੂੰ ਮਿਲਣੇ ਆਉਂਦੀ ਦਿਲਦਾਰਾ ਹਾਏ ਹਾਏ ਕਿਆ ਬਾਤ ਹੈ ਗੀਤਾ ਜੀ ਮੂੰਗਫਲੀ ਤਾਂ ਆਪਾਂ ਖਵਾਉਣੀਆਂ ਰਿਓੜੀਆਂ ਵੀ ਖਵਾਉਣੀਆਂ ਤੁਹਾਨੂੰ ਗੱਚਕ ਵੀ ਖਵਾਉਣੀਆਂ ਤੇ ਫਿਰ ਹੁਣ ਲੋਹੜੀ ਤੇ ਇਹਨੂੰ ਬ੍ਰੇਕ ਤਾਂ ਬਣਦਾ ਹੀ ਹੈ ਨਾ ਬ੍ਰੇਕ ਮੈਂ ਲਵਾਂ
ਤੁਸੀਂ ਵੀ ਲੈ ਲਓ ਮੈਂ ਵੀ ਲੈ ਲੈਣੀ ਆ ਕੀ ਮਤਲਬ ਕਿਉਂਕਿ ਮੈਂ ਵੈਸੇ ਵੀ ਬ੍ਰੇਕ ਚਾਹੁੰਦਾ ਸੀ ਕਿਉਂਕਿ ਮੂੰਗਫਲੀ ਆਈ ਹੈ ਮੈਂ ਕਿਹਾ ਚਲ ਮੂੰਗਫਲੀ ਖਾ ਲੈਨੇ ਮੈਂ ਤੇ ਸ਼ੌਂਕਣ ਨੂੰ ਤਾਂ ਖਾਣੇ ਮੂੰਗਫਲੀ ਤੇ ਤੁਸੀਂ ਉਹ ਤੱਕ ਲੈ ਲਓ ਬ੍ਰੇਕ ਛੋਟਾ ਜਿਹਾ ਲਾਓ ਲਾਓ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਸਪੈਸ਼ਲ ਬ੍ਰੇਕ ਆ ਅੱਜ ਕੀ ਸਾਡੀ ਲੋੜੀ ਸਪੈਸ਼ਲ ਬ੍ਰੇਕ ਤੋਂ ਬਾਅਦ ਤੁਹਾਡਾ ਵੀ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਵੀ ਸਵਾਗਤ ਹੈ ਮੂੰਗਫਲੀ ਖਾ ਲਈ ਹੈ ਨਾ ਹੌਲੀ ਹੌਲੀ ਦੇਖੋ ਹੌਲੀ ਹੌਲੀ ਆਪਾਂ ਤੁਹਾਨੂੰ ਚੀਜ਼ਾਂ ਖਵਾਵਾਂਗੇ ਉਸ ਤੋਂ ਪਹਿਲਾਂ ਹਾਂਜੀ ਆਪਾਂ ਖੇਡਾਂਗੇ ਹੁਣ ਗੇਮਸ ਠੀਕ ਹੈ ਜੀ ਲੋੜੀ ਵਾਲੇ ਦਿਨ ਗੇਮ ਹੈ ਬੰਦੀ ਹੈ ਯਾਰ ਦੇਖੋ ਚਲੋ ਜਦੋਂ ਤੁਸੀਂ ਕਹਿੰਦੇ ਹੋ ਤੁਸੀਂ ਸ਼ੌਂਕੀ ਹੋ ਨਾ ਸ਼ੌਂਕਣ ਹੋ ਫਿਲਮਾਂ ਦੇ ਫਿਰ ਤੁਹਾਡਾ ਕਹਿਣਾ ਤਾਂ ਮੰਨਣਾ ਹੀ ਪਊਗਾ ਬਿਲਕੁਲ ਉਹ ਤੁਸੀਂ ਲੋੜੀ ਸਪੈਸ਼ਲ ਤੇ ਮੇਰੇ ਸੁਪਨੇ ਚ ਆਏ ਹੋ ਦੱਸੋ ਕਿਆ ਬਾਤ ਹੈ ਇਹ ਸੋਹਣੀ ਕੁੜੀ ਦੇ ਸੁਪਨੇ ਚ ਆਉਣ ਦਾ ਵੀ ਵੱਖਰਾ ਹੀ ਸਵਾਦ ਆ ਆਏ ਹਾਏ ਬਹਾਨੇ ਸਰ ਮੈਂ ਇਹੀ ਤਾਂ ਕਢਵਾਉਣਾ ਸੀ ਕਿ ਮੈਂ ਸੋਹਣੀ ਲੱਗ ਰਹੀ ਆ ਚਲੋ ਜੀ ਕਰੀਏ ਸਭ ਤੋਂ ਪਹਿਲਾਂ ਆਪਾਂ ਖੇਡਾਂਗੇ ਆਪਣੀ ਪਿਟਾਰਾ ਵਾਲੀ ਗੇਮ ਚਲੋ ਜੀ ਆਓ ਠੀਕ ਹੈ ਇਹ ਵੀ ਬੜਾ ਵੱਡਾ ਟਰੰਕ ਆ ਇਹ ਇਹ ਆ ਜੀ ਸਾਡਾ ਬੜਾ ਪਾਰਾ ਕੀਤਾ ਹੋਇਆ ਅੱਜ ਮੈਨੂੰ ਲੱਗਦਾ ਨੇ ਖਰੇ ਕੀ ਕੁਛ ਪਾਇਆ ਇਹ ਹੈਗਾ ਜੀ ਸਾਡਾ ਪਿਟਾਰਾ ਠੀਕ ਹੈ ਜੀ ਇਹਦੇ ਵਿੱਚ ਅਸੀਂ ਕੁਝ ਚੀਜ਼ਾਂ ਪਾਈਆਂ ਹੁੰਦੀਆਂ ਨੇ ਠੀਕ ਹੈ ਮੈਂ ਖੋਲੂੰਗੀ ਤੁਸੀਂ ਅੱਖਾਂ ਬੰਦ ਕਰਕੇ ਕੋਈ ਵੀ ਚੀਜ਼ ਕੱਢਣੀ ਆ ਅੱਖਾਂ ਮੇਰੀ ਪਹਿਲੇ ਹੀ ਬੰਦ ਹੈ ਨਹੀਂ ਉਹਦੇ 'ਚ ਵੀ ਤੁਸੀਂ ਦੇਖ ਰਹੇ ਹੋ ਅੱਛਾ ਜੀ ਠੀਕ ਹੈ ਤੇ ਉਹਦੇ 'ਚ ਤੁਸੀਂ ਤੁਹਾਨੂੰ ਪਹਿਲੀ ਚੀਜ਼ ਦੇਖ ਕੇ ਪਹਿਲੀ ਕੀ ਥੌਟ ਯਾਦ ਗੀਤ ਕੋਈ ਵੀ ਤੁਹਾਡੀ ਬਚਪਨ ਦੀ ਕੁਛ ਵੀ ਤੁਹਾਨੂੰ ਮੈਮਰੀ ਯਾਦ ਆਉਂਦੀ ਹੈ ਤੁਸੀਂ ਉਹ ਦੱਸਣਾ ਉਹਦੇ ਬਾਰੇ ਅੱਛਾ ਜੀ ਠੀਕ ਹੈ ਠੀਕ ਹੈ ਜੀ ਚਲੋ ਜੀ ਕਰ ਲਓ ਬੰਦ ਫਿਰ ਅੱਖਾਂ ਬੰਦ ਕਰ ਲਿਆ ਜੀ ਪੱਕਾ ਕਰ ਲਿਆ ਨਾ ਹਾਂ ਝੂਠ ਮੈਂ ਬੋਲਦਾ ਨਹੀਂ ਚਲੋ ਤਾਂ ਕੋਈ ਚੰਗੀ ਭਾਰੀ ਚੀਜ਼ ਆ ਗਈ ਹੱਥ ਹੋਰ ਲੱਖਾਂ ਦੀ ਹਾਂਜੀ 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 ਉਹ ਬੱਲੇ ਕੀ ਬਾਤ ਆ ਤਾਂ ਚੱਕ ਆ ਗਿਆ ਇਹ ਸਭ ਤੋਂ ਫੇਵਰਿਟ ਚੀਜ਼ ਸੀਰੀਅਸਲੀ ਹਾਂਜੀ ਓਹੋ ਦੇਖ ਲਓ ਲੋੜੀ ਸਪੈਸ਼ਲ ਤੇ ਗੱਚਕ ਤੋਂ ਬਿਨਾ ਤਾਂ ਨਹੀਂ ਐਕਚੁਅਲੀ ਮੈਨੂੰ ਮੂੰਗਫਲੀ ਖਾਣ ਦਾ ਸੱਚੀ ਬਹੁਤ ਸ਼ੌਂਕ ਹੈ ਤੇ ਬਚਪਨ ਵਿੱਚ ਵੀ ਮੈਂ ਗੱਚਕ ਹੱਟੀ ਤੋਂ ਲਿਆ ਕੇ ਬਹੁਤ ਖਾਦਾ ਅੱਛਾ ਅੱਛਾ ਇਹਦਾ ਸਾਈਜ਼ ਵੀ ਉਹੋ ਜਿਹਾ ਹੀ ਹੈ ਪਿੰਡਾਂ ਵਿੱਚ ਇਦਾਂ ਦਾ ਗੱਚਕ ਮਿਲਦਾ ਹੈ ਦੇਸੀ ਟਾਈਪ ਜਿਹੜੀ ਹੁੰਦੀ ਆ ਹਾਂ ਬਿਲਕੁਲ ਜੀ ਤੋ ਧੰਨਵਾਦ ਤੁਸੀਂ ਗੱਚਕ ਲੈਂਦਾ ਅਸੀਂ ਘਰ ਨੂੰ ਲੈ ਜਾਾਂਗੇ ਹਾਂ ਹਾਂ ਪੱਕਾ ਪੱਕਾ ਲੈ ਜਾਈਓ ਪੱਕਾ ਠੀਕ ਹੈ ਜੀ ਹੁਣ ਫੇਰ ਅੱਖਾਂ ਬੰਦ ਕਰਨੀ ਪਊਗੀ ਲਓ ਜੀ ਫੇਰ ਬੰਦ ਕਰ ਲੈਂਦੇ ਹਾਂ ਅੱਖਾਂ ਦੀ ਸੋਹਣੀ ਐਕਸਰਸਾਈਜ਼ ਹੋ ਰਹੀ ਹੈ ਚਲੋ ਆਹ ਕੋ ਹੋਰ ਆ ਗਿਆ ਇਹ ਲਫਾਫੇ ਜਿਹੇ ਬੜੇ ਆ ਰਹੇ ਆ ਅੱਛਾ ਇਹ ਤਾਂ ਤੁਸੀਂ ਆ ਚੂੜੇ ਵਾਲੀ ਗਾਣਾ ਦਿਖਾ ਕੇ ਤਾਂ ਬੁੱਕ ਵਾਲਾ ਗਾਣਾ ਯਾਦ ਕਰਾ ਦਿੱਤਾ ਮੈਨੂੰ ਉਹ ਵੀ ਕੁੜੀ ਦੇ ਚੂੜਾ ਪਾਉਣ ਦੀਆਂ ਗੱਲਾਂ ਕਰਦਾ ਮੈਂ ਨਹੀਂ ਤੂੰ ਮੇਰੀ ਬੁੱਕਲ ਵਿੱਚ ਹੋਵੇਂ ਤੇ ਵੇਲਾ ਰਾਤ ਦਾ ਹੋਵੇ ਚੂੜੇ ਵਾਲੀ ਬਾਂ ਹੋਵੇ ਐਸੀ ਕੋਈ ਥਾਂ ਹੋਵੇ ਠੰਡੀ ਠੰਡੀ ਹਵਾ ਚੱਲੇ ਤਾਰਿਆਂ ਦੀ ਛਾਂ ਹੋਵੇ ਲਓ ਜੀ ਚੂੜਾ ਯਾਦ ਕਰਾ ਗਿਆ ਮੇਰਾ ਵਿਆਹ ਵਾਲਾ ਦਿਨ ਦੇਖਿਓ ਚੰਗਾ ਵਾਲਾ ਚੂੜਾ ਗਿਆ ਕਿ ਮੇਰਾ ਵਿਆਹ ਵਾਲਾ ਦਿਨ ਆ ਕੀ ਸੀ ਇਦਾਂ ਹੀ ਹੁੰਦਾ ਜੀ ਫਿਰ ਤੁਹਾਨੂੰ ਪਤਾ ਹੀ ਆ ਬਾਬੀ ਦੇਖ ਰਹੇ ਨੇ ਸਾਰਾ ਕੁਝ ਉਹਨੂੰ ਵੀ ਪਤਾ ਹੀ ਆ ਅੱਛਾ ਜੀ ਕਿੰਨੇ ਸਿਆਣੇ ਵੇਲੇ ਹੀ ਅੱਖਾਂ ਬੰਦ ਕਰ ਮੈਂ ਬਹੁਤ ਅੱਛਾ ਰੁਕੋ ਅੱਛਾ ਅੱਛਾ ਖੋਲਿਆ ਨਹੀਂ ਲੈ ਹਾਂਜੀ ਚਲੋ ਹੁਣ ਇਹ ਆ ਗਈ ਆ ਛੋਟਾ ਆ ਬੜਾ ਸਮਾਨ ਛੋਟਾ ਬਈ ਕਹਿ ਲਓ ਮਾੜਾ ਜਿਹਾ ਆਹਾ ਇਸ ਚੀਜ਼ ਨੇ ਤਾਂ ਮੇਰਾ ਬਜਟ ਵਧਾਇਆ ਸੀਟੀ ਮਾਰ ਕੇ ਬਲੋਣੋ ਹਟ ਜਾ ਰੋਜ਼ ਦਸ ਤੋੜੋ ਹਟ ਜਾ ਤੋ ਤੱਕ ਉਹ ਦੁਆਰਾ ਗਵਾ ਲਈ ਬੱਚਾ ਕੋਣ ਤੁਸੀਂ ਇਹ ਇਹ ਤਾਂ ਆਪਾਂ ਗੱਲ ਚ ਪੈਣੀ ਨਹੀਂ ਹੈ ਨਾ ਇਹ ਨਹੀਂ ਹੈ ਐਦਾਂ ਪਾਲਣੇ ਹਾਂ ਆ ਲਓ ਜੀ ਸੀਟੀ ਮਾਰ ਕੇ ਬਲੋਣੋ ਹਟ ਜਾ ਮੈਨੂੰ ਰੋਜ਼ ਦਸ ਤੋੜੋ ਹਟ ਜਾ ਨਹੀਂ ਤੂੰ ਵੀ ਬੰਗਾ ਛਣ ਕੋਣੋ ਹਟ ਜਾ ਸਾਡੀ ਗਲੀ ਗੇੜੇ ਲਾਉਣੋ ਹਟ ਜਾ ਲਓ ਜੀ ਸੀਟੀ ਵੈਰੀ ਗੁੱਡ ਬਹੁਤ ਅੱਛੀ ਚੀਜ਼ ਆ ਬਹੁਤ ਅੱਛੀ ਚੀਜ਼ ਆ ਹੋਰ ਇਹਦੇ ਕੁਛ ਤੁਸੀਂ ਉਹ ਕਹਿੰਦੇ ਨਾ ਤੁਸੀਂ ਐਕਸ਼ਨ ਜਿਹਾ ਨਹੀਂ ਕੀਤਾ ਸੀਟੀ ਮਾਰਦੇ ਕੁੜੀ ਤਾਂ ਇੱਕਦਮ ਹੋਣੀ ਮੈਂ ਕਿਹਾ ਸੀਟੀ ਮਾਰੀ ਆ ਚਲੋ ਆਪਾਂ ਪਿਟਾਰਾ ਵਾਲੀ ਗੇਮ ਨੂੰ ਇੱਥੇ ਖਤਮ ਕਰਦੇ ਆ ਠੀਕ ਆ ਜੀ ਤੁਸੀਂ ਬਹੁਤ ਵਧੀਆ ਚੀਜ਼ਾਂ ਕੱਢੀਆਂ ਥੈਂਕ ਯੂ ਸੋ ਮਚ ਇੰਨੀ ਵਧੀਆ ਗੇਮ ਖੇਡੀ ਤੁਸੀਂ ਛੋਟਾ ਜਿਹਾ ਗਿਫਟ ਤਾਂ ਬੰਦਾ ਹੀ ਹੈ ਨਾ ਕੀ ਬਾਤ ਹੈ ਜੀ ਰਿਓੜੀਆਂ ਨਾਲੇ ਗੁੜ ਵਾਲੀਆਂ ਉਹ ਵੀ ਗੁੜ ਵਾਲੀਆਂ ਕੀ ਬਾਤ ਹੈ ਮੈਨੂੰ ਬਹੁਤ ਪਸੰਦ ਹੈ ਗੁੜ ਜੀ ਹਾਂ ਸੱਚੀ ਇਹ ਵੀ ਲੈ ਜਾਊਂਗਾ ਮੈਂ ਘਰ ਨੂੰ ਬਾਅਦ ਜਾਣ ਲੱਗਾ ਤਸੱਲੀ ਨਾਲ ਪਹਿਲਾਂ ਇੱਕ ਤਾਂ ਖਾਓ ਨਾ ਦੇਖੋ ਮੂੰਹ ਮਿੱਠਾ ਕਰਨਾ ਤਾਂ ਬੰਦਾ ਯਾਰ ਲੋੜੀ ਦੇ ਮੌਕੇ ਤੇ ਖਾ ਲੈਣੇ ਆ ਲਓ ਜੀ ਗੁੜ ਵਾਲੀ ਰਿਓੜੀ ਮੈਂ ਦੇਖੋ ਬਾਕੀ ਰਿਓੜੀਆਂ ਮੈਂ ਤੁਹਾਨੂੰ ਦਊਂਗੀ ਜਦੋਂ ਤੁਸੀਂ ਇਹ ਗੇਮ ਨੂੰ ਵਧੀਆ ਖੇਡੋਗੇ ਅੱਛਾ ਇਹ ਵੀ ਖੇਡਣੀ ਆ ਜੇ ਹਾਂਜੀ ਮੈਂ ਕਿਹਾ ਵੈਸੇ ਕੱਪ ਕੂਪ ਰੱਖਿਆ ਹੋਵੇ ਸੇਵਾ ਪਾਣੀ ਹੋਣ ਲੱਗਾ ਆ ਸੇ ਇਹ ਸੇਵਾ ਪਾਣੀ ਬਹੁਤ ਵਧੀਆ ਹੁੰਦਾ ਆ ਇਹ ਗੇਮ ਹੈਗੀ ਆ ਜੀ ਸਾਡੀ ਫਲਿੱਪ ਕੱਪ ਓਕੇ ਠੀਕ ਹੈ ਇਹਦੇ ਵਿੱਚ ਕਰੇਲੇ ਦਾ ਜੂਸ ਹੈ ਤੇ ਸਿੰਪਲ ਜੂਸ ਹੈ ਇਹਦੇ ਵਿੱਚ ਕੱਪ ਨੂੰ ਤੁਸੀਂ ਨਾ ਫਲਿੱਪ ਕਰਨਾ ਆ ਇਹ ਐਦਾਂ ਕਰਕੇ ਤੁਸੀਂ ਤਾਂ ਬੜੇ ਮਾਹਰ ਹੋ ਇਹ ਦੇਖੋ ਜਦੋਂ ਖੇਡਣੀ ਉਦੋਂ ਹੋਣਾ ਨਹੀਂ ਅੱਛਾ ਠੀਕ ਹੈ ਇੱਕ ਕੱਪ ਦੇ ਦੋ ਚਾਂਸ ਨੇ
ਅੱਛਾ ਦੋ ਵਾਰੀ ਕਰ ਸਕਦੇ ਹਾਂ ਹਾਂ ਦੋ ਵਾਰੀ ਕਰ ਸਕਦੇ ਹੋ ਤੇ ਜੇ ਤੁਹਾਡਾ ਪੁੱਠਾ ਹੋ ਗਿਆ ਫਿਰ ਤੁਸੀਂ ਪੀਓਗੇ ਸਿੰਪਲ ਜੂਸ ਤੇ ਜੇ ਨਹੀਂ ਹੋਇਆ ਫਿਰ ਪੀਓਗੇ ਕਰੇਲੇ ਵਾਲਾ ਜੂਸ ਕਰੇਲੇ ਵਾਲਾ ਮੈਂ ਵੈਸੇ ਠੀਕ ਹੈ ਸ਼ੂਗਰ ਸ਼ਕਰ ਤਾਂ ਹੈ ਨਹੀਂਗੇ ਹਾਂ ਮੈਨੂੰ ਵੀ ਨਹੀਂ ਹੈਗੀ ਪਰ ਮੈਨੂੰ ਵੀ ਪੀਣਾ ਚਲੋ ਮੈਂ ਸ਼ੁਰੂ ਕਰੀਏ ਜੀ ਹਾਂਜੀ ਕਰੋ ਜੀ ਪਹਿਲਾਂ ਤੁਸੀਂ ਸ਼ੁਰੂ ਕਰੋ ਮੈਂ ਤੁਸੀਂ ਕਰੋ ਲੈ ਬਈ ਬਣ ਜਵੇਗਾ ਜੀ ਅਗਲੀ ਵਾਰੀ ਇੱਕ ਟ੍ਰਾਈ ਹੋਰ ਇੱਕ ਇੱਕ ਵਾਰੀ ਹੋਰ ਆ ਬਈ ਕਿੰਨੀ ਕੁ ਜ਼ੋਰ ਨਾਲ ਮਾਰਾ ਹੱਥ ਹੌਲੀ ਜੀ ਕਰੋ ਫਲਿੱਪ ਇੰਨੀ ਚਲੋ ਯਾਰ ਚਲੋ ਇੱਕ ਵਾਰੀ ਹੋਰ ਅੱਛਾ ਤਿੰਨ ਟਮਾਟਰ ਨਾ ਨਹੀਂ ਹੈਗੇ ਨਹੀਂ ਇਹ ਸਿਰਫ ਇਸ ਕੱਪ ਤੇ ਇੱਕ ਵਾਰ ਦੇ ਰਹੀ ਹੋ ਓ ਕਿਆ ਬਾਤ ਕਿਆ ਬਾਤ ਹੈ ਚਲੋ ਜੀ ਅਗਲਾ ਹੁਣ ਕਿਹੜਾ ਵੀ ਇਹ ਵੀ ਮੈਂ ਹਾਂਜੀ 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 ਵੀ ਬੜਾ ਸਵਾਦ ਆ ਉਹ ਵਾਲਾ ਨਹੀਂ ਪਤਾ ਕਿੱਦਾਂ ਆਉਣਾ ਜਿਹੜਾ ਹਰ ਕਿਸੇ ਵਾਲਾ ਹੈ ਚਲੋ ਹੁਣ ਮੇਰੀ ਵਾਰੀ ਆਓ ਜੀ ਫਿਰ ਮੈਦਾਨ 'ਚ ਉਹਨਾਂ ਨੂੰ ਪਤਾ ਕਦੀ ਵੀ ਨਹੀਂ ਆਉਣਾ ਨਹੀਂ ਪਤਾ ਕੋਈ ਨਹੀਂ ਹੁੰਦਾ ਕਈ ਵਾਰੀ ਸ਼ਾਕ ਹੈ ਨਹੀਂ ਹੋਇਆ ਕਰੇਲੇ ਦਾ ਜੂਸ ਪੀਓ ਅੱਛਾ ਹੁਣ ਦੇਖ ਲੈ ਟੇਸਟ ਦੇਖ ਦੇ ਦੇਖੋ ਦੇਖੋ ਬੜਾ ਸਵਾਦ ਲੱਗੇਗਾ ਤੁਹਾਨੂੰ ਓਏ ਹੋਏ ਹੋਏ ਅੱਛਾ ਕਰੇਲੇ ਦਾ ਜੂਸ ਇਦਾਂ ਦਾ ਹੁੰਦਾ ਮੈਂ ਅੱਜ ਪਹਿਲੀ ਵਾਰ ਚੈੱਕ ਕੀਤਾ ਚਲੋ ਟੇਸਟ ਬਹੁਤ ਕਮਾਲ ਬਾ ਕਮਾਲ ਹੈਨਾ ਆਓ ਜੀ ਫਿਰ ਪੀਣਾ ਤੁਹਾਨੂੰ ਵੀ ਕਰੇਲੇ ਵਾਲੇ ਪਾਣਾ ਐਤਕੀ ਯਾਰ ਇਦਾਂ ਨਾ ਕਹੋ ਓ ਮਾਈ ਗੋਡ ਅੱਜ ਤਾਂ ਬਾਈ ਓਏ ਸੌਰੀ ਸੌਰੀ ਮੈਨੂੰ ਆਦਤ ਪਈ ਹੋਈ ਆ ਕਰੇਲੇ ਦਾ ਜੂਸ ਪੀਣ ਦੀ ਕੀ ਬਾਤ ਹੈ ਕਰੇਲੇ ਬਣਾ ਲੈਣੇ ਹੋ ਹਾਂ ਲੈ ਚਲੋ ਅੱਜ ਸ਼ਾਮ ਨੂੰ ਤੁਹਾਡੇ ਘਰੇ ਰੋਟੀ ਖਾਵਾਂਗੇ ਪੱਕਾ ਪੱਕਾ ਚਲੋ ਜੀ ਮੇਰੀ ਵਾਰੀ ਲਾਸਟ ਤੇ ਵੀ ਜਿੱਤ ਜਾਣਾ ਹਾਂਜੀ ਤੁਸੀਂ ਹਾਰ ਜਾਓ ਤਾਂ ਮੈਂ ਜਿੱਤ ਜਾਵਾਂ ਬਰਾਬਰ ਹੋ ਜੂ ਗੇਮ ਚਲੋ ਆ ਪਹਿਲੀ ਵਾਰੀ ਕੀ ਬਾਤ ਹੈ ਤਾਂ ਪੀਣਾ ਬਣਦਾ ਪੀਓ ਪੀਓ ਭਾਵੇਂ ਸਾਰਾ ਪੀ ਜਾਓ ਹੁਣ ਨਹੀਂ ਸਾਰਾ ਨਹੀਂ ਬਾਕੀ ਹਲੇ ਤੁਹਾਨੂੰ ਤੁਹਾਡੇ ਹਾਰਨ ਦੀ ਖੁਸ਼ੀ ਚ ਪੀਊਂਗਾ ਬਾਕੀ ਦਾ ਦੇਖ ਲਓ ਇਦਾਂ ਕਰ ਆ ਮੈਂ ਤੁਹਾਡੇ ਵਾਲਾ ਇਦਾਂ ਕਰ ਦਿੰਦਾ ਹਾਂ ਹਾਂ ਚਲੋ ਜੀ ਆਓ ਅਗਲੇ ਵਾਰ ਤੁਸੀਂ ਆਉਂਗੇ ਨਾ ਅਸੀਂ ਇਹੀ ਗੇਮ ਖੇਡਾਂਗੇ ਫਿਰ ਤੁਹਾਨੂੰ ਪਹਿਲਾਂ ਥੋੜਾ ਜਿਹਾ ਕਿ ਇਸ ਵਾਰ ਵਧੀਆ ਖੇਡਣਾ ਤਿਆਰੀ ਕਰਕੇ ਆਉਂ ਕਰੋ ਪੱਕਾ ਠੀਕ ਹੈ ਜੀ ਥੈਂਕ ਯੂ ਸੋ ਮਚ ਗੀਤਾ ਜੀ ਇੰਨੀਆਂ ਵਧੀਆ ਗੇਮ ਖੇਡੀਆਂ ਤੁਸੀਂ ਇੱਕ ਗੇਮ ਸਾਡੀ ਹੋਰ ਆ ਠੀਕ ਹੈ ਜੀ ਇਹ ਹੈਗੀ ਹੈ ਜੀ ਸਾਡੀ ਕੁਸਰ ਮੁਸਰ ਅੱਛਾ ਜੀ ਇਹ ਮਤਲਬ ਕਿੱਦਾਂ ਆਪਾਂ ਇੱਕ ਦੂਜੇ ਕੰਨਾਂ ਦੀ ਗੱਲਾਂ ਕਰ ਰਹੀ ਹਾਂ ਨਹੀਂ ਇਹਦੇ 'ਚ ਸਿਰਫ ਕੁਸਰ ਮੁਸਰ ਮੈਂ ਇਕੱਲੀ ਨੇ ਕਰਨੀ ਆ ਤੁਸੀਂ ਉਸ ਕੁਸਰ ਮੁਸਰ ਨੂੰ ਬੁੱਝਣਾ ਆ ਮਤਲਬ ਕਿ ਮੈਂ ਕੋਈ ਗੀਤ ਲਾ ਲੂੰਗੀ ਸਮਝ ਗਏ ਹਾਂ ਬਿਲਕੁਲ ਬਹੁਤ ਸਮਝਦਾਰ ਮੁੰਡਾ ਮੈਂ ਆਏ ਓਏ ਚਲੋ ਤੁਸੀਂ ਲੇਟ ਹੋ ਗਏ ਅੱਛਾ ਚਲੋ ਜੀ ਸਭ ਦਾ ਫੇਵਰੇਟ ਗੀਤ ਹਾਜ਼ਰ ਹੈ ਮਾੜਾ ਜਿਹਾ ਸ਼ੁਰੂ ਹੋ ਜਾਵੇ ਇਹਨਾਂ ਨੂੰ ਨੱਚ ਲੈਣ ਦੋ ਜਦ ਤੱਕ ਕੋਈ ਸੁਣਦਾ ਪਿਆ ਤੁਹਾਨੂੰ ਸੁਣਦਾ ਤਾਂ ਨਹੀਂ ਪਿਆ ਨਹੀਂ ਨਹੀਂ ਲਾਈ ਰੱਖੋ ਚਲੋ ਜੀ ਮਾਰੀ ਜਾ ਸੀਟੀਆਂ ਮੈਂ ਨਹੀਂ ਆਉਂਦੀ ਓਏ ਆ ਕੀ ਕਹਿਤਾ ਚੌਂਕਣੇ ਮਾਰੀ ਜਾ ਸੀਟੀਆਂ ਮੈਂ ਨਹੀਂ ਆਉਂਦੀ ਮਾਰੀ ਜਾ ਸੀਟੀਆਂ ਮੈਂ ਨਹੀਂ ਆਉਂਦੀ ਬਹੁਤ ਗਲਤ ਗੱਲ ਕਹੀ ਤੁਸੀਂ ਦੱਸੋ ਮੈਂ ਕਿਹੜੀ ਗੱਲ ਕਹਿੰਦੇ ਮੈਂ ਤੈਨੂੰ ਪਿਆਰ ਨਹੀਂ ਕਰਦੀ ਮਾਰੀ ਜਾ ਸੀਟੀਆਂ ਮੈਂ ਨਹੀਂ ਆਉਂਦੀ ਮਾਰ ਸੀਟੀ ਮੈਂ ਨਹੀਂ ਆਉਂਦੀ ਆਏ ਹਾਏ ਕੀ ਬਾਤ ਹੈ ਅਗਲਾ ਸਹੀ ਹੈ ਅਗਲਾ ਹਾਂ ਸੈਰ ਕਰਨ ਜਾਊਂਗੀ ਤੈਨੂੰ ਨਹੀਂ ਮਿਲਣਾ ਪਿਛਲਾ ਪਤਾ ਲੱਗਾ ਤੈਨੂੰ ਨਹੀਂ ਪਤਾ ਪਹਿਲਾਂ ਤਾਂ ਪਿਛਲਾ ਦੱਸੋ ਕਿਹੜਾ ਪਤਾ ਲੱਗਾ ਸੈਰ ਕਰਨ ਜਾਊਂਗੀ ਤੈਨੂੰ ਨਹੀਂ ਮਿਲਣਾ ਸੈਰ ਕੀ ਹੁੰਦੀ ਹੈ ਤੈਨੂੰ ਨਹੀਂ ਪਤਾ ਨਹੀਂ ਨਹੀਂ ਹਾਏ ਇੱਕ ਵਾਰ ਹੋਰ ਇੱਕ ਹੋਰ ਇਹ ਹੈਗਾ ਤਾਂ ਲੈ ਹੋਰ
हाँ जी सैर करन जाऊंगी सैर करन जाऊंगी तेनू नहीं मिलना सैर ते लेके जाऊंगे मैं नहीं ले जांदी रहन दो अगला सैर ते लेके जाओ सैर लेके जाऊंगा अच्छा लेके जाऊंगा ठीक है रौला तो पाऊंगी तू मेनू छेड़दा हुण की आ एड़ा बड़ा खरिया रौला 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 पाई जानी मैं रौला तो पाऊंगी हाँ। तू मेनू छेड़दा पता नहीं ऐदा कुछ रौला पाओ रौला अच्छा अगला पेकियां दी बस पेकियां दी बस हाँ अगे भी अगे भी है अगे भी है हाँ खराब हो गई पेकियां दी बस खराब हो गई हाय हाय ये तो बड़ी जल्दी बज लिया भाभी सब देख रहे ने अगला लव यू नहीं हैगा लव यू नहीं कहना ऐने कह दे लव यू love you नहीं हैगा love you नहीं हैगा हाँ क्या बात है बस जी क्या बात है कितने आंसर सही देते मैं दो वाह मेरा ज्यादा आ रहा है जटा भाई बड़ा दिमाग है तेरा बहुत ज्यादा गीता जी तुसी सारी गेम्स इतनी बढ़िया खेडियां तुसी इतने क्यों मुस्कुरा रहे हो बिकॉज मैं चाहना कि सोनी कुड़ी देख के मेरा हासा निकल जाता अक्सर क्योंकि मैं चाहना सोनी कुड़ी देख चलो तुसी मुस्कुराते रहो आप जब तक हैशटैग ब्रेक ले लिए बिल्कुल जी चलो जी फिर लाओ जी आधा हैशटैग गीता जैलदार जी का आधा हैशटैग शौंकन का पूरा पूरा आप जोड़ लियो ਹੈਸ਼ਟੈਗ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਹੈਸ਼ਟੈਗ ਬ੍ਰੇਕ ਤੋਂ ਬਾਅਦ ਗੀਤਾ ਜੀ ਤੁਹਾਡਾ ਵੀ ਸਵਾਗਤ ਹੈ ਤੁਹਾਡਾ ਵੀ ਇੱਕ ਵਾਰੀ ਧੰਨਵਾਦ ਹੈ ਅੱਛਾ ਮੈਨੂੰ ਦੱਸੋ ਲੋਹੜੀ ਛੋਟੇ ਹੁੰਦੇ ਕਿੰਨੇ ਕੁ ਵਾਰੀ ਮੰਗੀ ਹੈ ਜਾਂਦੇ ਹੁੰਦੇ ਸੀ ਹਰ ਲੋਹੜੀ ਤੇ ਲੋਹੜੀ ਬੀਬੀ ਬਾਪੂ ਨੂੰ ਮੈਨੂੰ ਪਤਾ ਵਾਲਿਆਂ ਦਾ ਹਿਸਾਬ ਕਿਤਾਬ ਹੁਣ ਤਾਂ ਲੋਕ ਹੁਣ ਤਾਂ ਸਿਸਟਮ ਚੇਂਜ ਹੋ ਗਿਆ ਅੱਛਾ ਮੈਂ ਖਰੇ ਖਰੇ ਹੁਣ ਵੀ ਮੈਂ ਚਲਾ ਜਾਂਦਾ ਕਦੀ ਕਦੀ ਮੂੰਹ ਢੱਕ ਕੇ ਨਹੀਂ ਜਾਂਦਾ ਹੁਣ ਵੀ ਹੈ ਮੈਂ ਅੱਛਾ ਹੁਣ ਮੈਂ ਇਸ ਸਿਸਟਮ ਨਾਲ ਜਾਂਦਾ ਮੈਂ ਹੁਣ ਪ੍ਰੋਗਰਾਮ ਤੇ ਲੋਕਾਂ ਦੇ ਵਿਆਹਾਂ ਤੇ ਗਾਉਣ ਜਾਏ ਵੀ ਮੰਗਣ ਵਾਲੇ ਹਿਸਾਬ ਕਿਤਾਬ ਨਾਲ ਪੈਸੇ ਲੈ ਕੇ ਗਾਉਣ ਜਾਣਾ ਇਹ ਗੱਲ ਅਰ ਤੋਂ 15-20 ਸਾਲ ਪਹਿਲਾਂ ਲੋਕ 15 ਦਿਨ ਪਹਿਲਾਂ ਹੀ ਲੋਹੜੀ ਮੰਗਣ ਲੱਗ ਪਏ ਉਸ ਤਿਉਹਾਰ ਦਾ ਮਜ਼ਾ ਹੀ ਵੱਖਰਾ ਹੁੰਦਾ ਸੀ ਹੁਣ ਤਾਂ ਲੋਹੜੀ ਛੋਟੀ ਜਿਹੀ ਹੋ ਗਈ ਵਿਚਾਰੀ ਆ ਜਿਹੜੀਆਂ ਦੂਜੀਆਂ ਆਈਆਂ ਇਹ ਰੇੜੀਆਂ ਤੇ ਗੱਚ ਹੁਣ ਤਾਂ ਲੋਹੜੀ ਵੀ ਨਹੀਂ ਹੋ ਗਈ ਤਾਂ ਬੋਰੀਆਂ ਭਰ ਭਰ ਕੇ ਆਉਂਦੀਆਂ ਹੁੰਦੀਆਂ ਸੀ ਸੋ ਲੋਹੜੀ ਮੈਂ ਬਹੁਤ ਮੰਗੀ ਹੈ ਜੀ ਪਿੰਡਾਂ 'ਚ ਅੱਛਾ ਲੋਹੜੀ ਬਹੁਤ ਮੰਗੀ ਤੁਸੀਂ ਹਾਂ ਬਿਲਕੁਲ ਬਹੁਤ ਮੰਗੀ ਜੀ ਅੱਛਾ ਮੇਰਾ ਮੰਗ ਕੇ ਦਿਖਾਇਓ ਜ਼ਰਾ ਤੁਸੀਂ ਮਗਰ ਹੋ ਕਹੋਗੇ ਹਾਂ ਹੋ ਕਹੂੰਗੀ ਮੈਂ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਬਜਾਰਾ ਹੋ ਦੁੱਲਾ ਭੱਠੀ ਵਾਲਾ ਹੋ ਅੱਗੇ ਕੀ ਸੀ ਮੈਨੂੰ ਯਾਦ ਭੁੱਲ ਗਿਆ ਦੁੱਲੇ ਦੀ ਧੀ ਵਿਆਹੀ ਹੋ ਮੈਂ ਤੁਹਾਡੇ ਮੂੰਹ ਹੀ ਸੁਣਨਾ ਚਾਹੁੰਦਾ ਹਾਂ ਸੇਰ ਸ਼ੱਕਰ ਪਾਈ ਸੇਰ ਸ਼ੱਕਰ ਦੀ ਝੂਰੀ ਕੁੱਟੀ ਲੰਬੜਦਾਰੀ ਅੱਗੇ ਨਹੀਂ ਮੈਨੂੰ ਆਤਾ ਸੀ ਦੋਨੇ ਰਹਿ ਗਏ ਮੈਨੂੰ ਪਤਾ ਅੱਛਾ ਮੈਂ ਤਾਂ ਇਦਾਂ ਵੀ ਹੁੰਦਾ ਸੀ ਲੰਬੜਦਾਰ ਨੇ ਲੁੱਟੀ ਲੰਬੜਦਾਰ ਸੇ ਆਏ ਗਿਣ ਗਿਣ ਪੋਲੇ ਲਾਏ ਇੱਕ ਪੋਲਾ ਘਟ ਗਿਆ ਅੱਗੇ ਗੀਤਾ ਪਤਾ ਨਹੀਂ ਕਿਹਦੇ ਲੇਕਿਨ ਨੱਠ ਗਿਆ ਸੁਣ ਜੱਟਾਂ ਬਾਰੇ ਗੱਲ ਬੜੇ ਗੌਰ ਦੀ ਕੋਈ ਮਿਹਨਤੀ ਨੀ ਟੱਠਿਆਂ ਦੇ ਜ਼ੋਰ ਦੀ ਸੁਣ ਜੱਟਾਂ ਬਾਰੇ ਗੱਲ ਬੜੇ ਗੌਰ ਦੀ ਕੋਈ ਮਿਹਨਤੀ ਨੀ ਟੱਠਿਆਂ ਦੇ ਜ਼ੋਰ ਦੀ ਧਰਤੀ ਨੂੰ ਹੁੱਕ ਹੱਕ ਲੱਗੀ ਹੁੰਦੀ ਤਾਂ ਕਦੋਂ ਦੀ ਅਸਾਂ ਨੇ ਪਲਟਾ ਦੇਣੀ ਸੀ ਭਾਖੜਾ 'ਚ ਪਾਣੀ ਥਾਂ ਸ਼ਰਾਬ ਹੁੰਦੀ ਜੇ ਹੁਣ ਨੂੰ ਜੱਟਾਂ ਨੇ ਖੂੰਜੇ ਲਾ ਦੇਣੀ ਸੀ ਭਾਖੜਾ 'ਚ ਪਾਣੀ ਥਾਂ ਸ਼ਰਾਬ ਹੁੰਦੀ ਜੇ ਹੁਣ ਨੂੰ ਜੱਟਾਂ ਨੇ ਖੂੰਜੇ ਲਾ ਦੇਣੀ ਸੀ ਓਏ ਹੋਏ ਕੀ ਬਾਤ ਹੈ ਬੜਾ ਹਿੱਟ ਜਾ ਰਿਹਾ ਤੁਹਾਡਾ ਗੀਤ ਤੁਹਾਨੂੰ ਬਹੁਤ ਪਿਆਰ ਮਿਲ ਰਿਹਾ ਜੀ ਸੋ ਭਾਖੜੇ ਦੇ ਪਾਣੀ ਨੂੰ ਇਹਦੇ ਦੱਬ ਕੇ ਸਪੋਰਟ ਕਰੋ ਸਾਰੇ ਜਣੇ ਭਾਖੜੇ ਦੇ ਪਾਣੀ ਨੂੰ ਦੱਬ ਕੇ ਸਪੋਰਟ ਕਰਨਾ ਸਾਰਿਆਂ ਨੇ ਸਾਡਾ ਵਿੱਚ ਹੀ ਆ ਇੱਕ ਮਿੰਟ ਦਊਂਗੇ ਤੁਸੀਂ ਸ਼ੌਂਕਣ ਜੀ ਹਾਂਜੀ ਹਾਂਜੀ ਪਿਟਾਰਾ ਦੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਨੂੰ ਪਹਿਲਾਂ ਤਾਂ ਪਿਟਾਰਾ ਨੂੰ ਬਹੁਤ ਬਹੁਤ ਧੰਨਵਾਦ ਕਿ ਤੁਹਾਡੇ ਰੂਬਰੂ ਮੈਨੂੰ ਕਰਾਇਆ ਸੋ ਪਿਟਾਰਾ ਪਿੰਡਾਂ ਤੱਕ ਫਿਲਮਾਂ ਪਹੁੰਚਾ ਦਿੱਤੀਆਂ ਪੰਜਾਬੀ ਫਿਲਮਾਂ ਬਹੁਤ ਸਾਰੇ ਲੋਕ ਫਿਲਮਾਂ ਥੀਏਟਰ ਵਿੱਚ ਨਹੀਂ ਦੇਖਣ ਜਾ ਸਕਦੇ ਪਰ ਪਿਟਾਰਾ ਦੇ ਇਸ ਉਪਰਾਲੇ ਨੇ ਸਾਰੇ ਪੰਜਾਬ ਵਿੱਚ ਪੰਜਾਬੀ ਫਿਲਮਾਂ ਦਾ ਦੌਰ ਚਲਾ ਦਿੱਤਾ ਹਰ ਇੱਕ ਬੰਦੇ ਨੂੰ ਫਿਲਮ ਦਿਖਾਈ ਜਾ ਰਹੀ ਹੈ ਪਿਟਾਰਾ ਦੇ ਥਰੂ ਸੋ ਮੇਰੇ ਵੱਲੋਂ ਸਲੂਟ ਹੈ ਪਿਟਾਰਾ ਨੂੰ ਅਤੇ ਨਾਲੇ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਛਾ ਮੇਰੇ ਬਾਰੇ ਵੀ ਤਾਂ ਕੁਛ ਕਹਿ ਦਿਓ ਸ਼ੌਂਕਣ ਦੇ ਸੁਪਨੇ 'ਚ ਆ ਕੇ ਤੁਹਾਨੂੰ ਕਿਵੇਂ ਦਾ ਲੱਗਿਆ ਲਓ ਜੀ ਸ਼ੌਂਕਣ ਫਿਲਮਾਂ ਦੀ ਦੇ ਸੁਪਨੇ ਵਿੱਚ ਮੈਨੂੰ ਤਾਂ ਬੜਾ ਮਜ਼ਾ ਆਇਆ ਜੇ ਤੁਹਾਡਾ ਦਿਲ ਕਰਦਾ ਹੈ
ਸੁਪਨੇ ਚ ਆਉਣ ਨੂੰ ਤਾਂ ਜ਼ਰੂਰ ਆਓ ਇਹਨਾਂ ਦੇ ਸੁਪਨੇ ਦੇ ਵਿੱਚ ਜੇਕਰ ਹੁਣ ਤੁਸੀਂ ਮੇਰੇ ਸੁਪਨੇ ਚ ਆਉਣਾ ਚਾਹੁੰਦੇ ਨਾ ਆਪਣੇ ਕੈਂਟ ਕੈਂਟ ਸਲੈਬਸ ਨੂੰ ਫੇਵਰਿਟ ਸੈਲੀਬ੍ਰਿਟੀਜ਼ ਨੂੰ ਮਿਲਣਾ ਚਾਹੁੰਦੇ ਹੋ ਨਾ ਫਿਰ ਕਹੋ ਨਾ ਫਿਰ ਤੁਹਾਨੂੰ ਆਉਣਾ ਪੈਣਾ ਸ਼ੌਂਕਨ ਦੇ ਸੁਪਨੇ ਵਿੱਚ ਆਓ ਤੁਸੀਂ ਆਉਂਦੇ ਕਿਉਂ ਨਹੀਂ ਸ਼ੌਂਕਨ ਫਿਲਮਾਂ ਦੇ ਸੁਪਨੇ ਸਾਰੇ ਜਣੇ ਆਓ ਇਕੱਠੇ ਹੋ ਕੇ ਆਓ ਖਾਲੀ ਭਰ ਕੇ ਆਹੋ ਯਾਰ ਸਾਰੇ ਨਾ ਆਓ ਇਕੱਲੇ ਇਕੱਲੇ ਆ ਜਾਓ ਠੀਕ ਇਕੱਲੇ ਇਕੱਲੇ ਠੀਕ ਤੇ ਹੈ ਫਿਰ ਹੈਸ਼ਟੈਗ ਸ਼ੌਂਕਨ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਤੇ ਲੋਹੜੀ ਦੀਆਂ ਤੁਹਾਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਸੁੰਦਰ ਮੁੰਦਰੀਏ ਹੋਏ ਤੇਰਾ ਕੌਣ ਵਿਆਰਾ ਹੋਏ ਹੈਪੀ ਲੋਹੜੀ ਹੈਪੀ ਲੋਹੜੀ ਸ਼ੌਂਕਨ ਫਿਲਮਾਂ ਦੀ।